ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਮੈਂ ਪ੍ਰੀਤ ਲੈ ਕੇ ਹਾਜ਼ਰ ਹਾਂ ਖਾਸ ਸ਼ੋਅ ਸਟੱਡੀ ਵੀਜ਼ਾ ਐਕਸਪਰਟ ਵੀ ਅੱਜ ਦੇ ਸ਼ੋਅ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਹੋਣਗੇ ਸੋ ਤੁਹਾਡੇ ਕੋਲ ਮੌਕਾ ਹੈ ਲਾਈਵ ਗੱਲਬਾਤ ਕਰਨ ਦਾ ਜੋ ਵੀ ਪ੍ਰੋਫਾਈਲ ਤੁਹਾਡਾ ਚਾਹੇ ਪ੍ਰੋਫਾਈਲ ਡਿਸਕਸ ਕਰਨਾ ਚਾਹੇ ਇਨਟੇਕ ਡਿਸਕਸ ਕਰਨਾ ਚਾਹੇ ਕਾਲਜ ਕੰਟਰੀ ਜੋ ਵੀ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਨੰਬਰ ਤੁਹਾਡੇ ਕੋਲ ਆ ਗਏ ਨੇ ਜਲਦ ਤੋਂ ਜਲਦ ਤੁਸੀਂ ਇਹਨਾਂ ਨੰਬਰ ਨੂੰ ਫੋਨ ਹੁਣੇ ਕਾਲ ਕਰਨੀਆਂ ਜਿਹੜੀਆਂ ਉਹ ਸਟਾਰਟ ਕਰ ਦਿਓ ਕਿ ਤੁਹਾਨੂੰ ਤੁਹਾਡੇ ਸਵਾਲ ਆਪ ਸਾਡੇ ਐਕਸਪਰਟ ਦੇ ਅੱਗੇ ਰੱਖਣ ਦਾ ਮੌਕਾ ਮਿਲੇ ਸੋ ਐਕਸਪਰਟ ਕੌਣ ਹੋਣਗੇ ਇਹ ਵੀ ਦੱਸ ਦਿੰਦੀ ਹਾਂ ਜੀ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਪਾਟੀਆ ਜੀ ਸਰ ਨਾਲ ਸਵਾਗਤ ਕਰ ਲੈਂਦੇ ਹਾਂ ਹੈਲੋ ਸਰ ਵੈਲਕਮ ਟੂ ਦ ਸ਼ੋਅ ਸਤਿ ਸ਼੍ਰੀ ਅਕਾਲ ਸੋ ਜੀ ਨੰਬਰ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋਣੇ ਸ਼ੁਰੂ ਹੋ ਗਏ ਨੇ ਆਫਿਸ ਦੇ ਐਡਰੈਸ ਫਲੈਸ਼ ਹੋ ਰਹੇ ਨੇ ਤੁਸੀਂ ਜਲਦ ਤੋਂ ਜਲਦ ਆਪਣੇ ਸਵਾਲਾਂ ਦੇ ਨਾਲ ਰੈਡੀ ਹੋ ਜਾਓ ਤੇ ਫੋਨ ਕਾਲ ਕਰਨੀਆਂ ਸ਼ੁਰੂ ਕਰ ਦਿਓ ਅੱਛਾ ਸਰ ਹੁਣ ਮੈਂ ਜਾਣਨਾ ਚਾਹਾਂਗੀ ਇਸ ਟਾਈਮ ਜਿਵੇਂ ਕਿ ਸਪਤੰਬਰ ਇਨਟੇਕ ਦੀ ਜੇਕਰ ਗੱਲ ਕਰੀਏ ਕੀ ਨਵੀਆਂ ਅਪਡੇਟਸ ਆਈਆਂ ਹੈਗੀਆਂ ਸਪਤੰਬਰ ਇਨਟੇਕ ਨੂੰ ਲੈ ਕੇ ਸੋ ਦੇਖੋ ਸਪਤੰਬਰ ਇਨਟੇਕ 'ਚ ਸਟੂਡੈਂਟਸ ਅਪਲਾਈ ਕਰ ਰਹੇ ਨੇ ਔਰ ਬਹੁਤ ਸਾਰੇ ਕਾਲਜਿਸ ਜਿਹੜੇ ਹੈਗੇ ਆ ਆਲਮੋਸਟ ਕਲੋਜ਼ ਹੋ ਚੁੱਕੇ ਨੇ ਬਟ ਸਟਿਲ ਕਾਫੀ ਸਾਰੇ ਕਾਲਜਿਸ 'ਚ ਸੀਟਸ ਅਵੇਲੇਬਲ ਹੈਗੀਆਂ ਸੋ ਜੇ ਸਟੂਡੈਂਟਸ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਹਾਲੇ ਵੀ ਬਹੁਤ ਸਾਰੇ ਸਰਕਾਰੀ ਕਾਲਜ ਹੈਗੇ ਆ ਜਿਨ੍ਹਾਂ ਵਿੱਚ ਸੀਟਸ ਅਵੇਲੇਬਲ ਹੈਗੀਆਂ ਜੇ ਅਸੀਂ ਗੱਲ ਕਰੀਏ ਕੁਝ ਸਰਕਾਰੀ ਕਾਲਜਿਸ ਦੀ ਤਾਂ ਸੇਂਟ ਕਲੇਅਰ ਕਾਲਜ ਲੋਇਲਿਸਟ ਕਾਲਜ ਨਾਰਥਰਨ ਕਾਲਜ ਕੋਨਸਟੋਗਾ ਕਾਲਜ ਸਸਕੈਚੁਅਨ ਪੋਲੀਟੈਕਨੀਕ ਯੂਨੀਵਰਸਿਟੀ ਕੈਨੇਡਾ ਵੈਸਟ ਮੈਡੀਸਨ ਹੈਟ ਕਾਲਜ ਲੈਥਬ੍ਰਿਜ ਕਾਲਜ ਸੋ ਇਹਨਾਂ ਸਾਰੇ ਕਾਲਜਿਸ 'ਚ ਹਾਲੇ ਸੀਟਸ ਆਰ ਅਵੇਲੇਬਲ ਲਿਸਟ ਹੋਰ ਵੀ ਬੜੀ ਲੰਬੀ ਹੈ ਹੋਰ ਵੀ ਬਹੁਤ ਸਾਰੇ ਕਾਲਜਿਸ ਹੈਗੇ ਆ ਜਿਨ੍ਹਾਂ ਵਿੱਚ ਸੀਟਸ ਅਵੇਲੇਬਲ ਹੈਗੀਆਂ ਔਰ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਹਰ ਸਟ੍ਰੀਮ ਦੇ ਬੱਚੇ ਲਈ ਸਾਡੇ ਕੋਲ ਕੋਰਸਿਸ ਅਵੇਲੇਬਲ ਹੈ ਚਾਹੇ ਉਹ ਮੈਡੀਕਲ ਹੈ ਚਾਹੇ ਉਹ ਨੋਨ ਮੈਡੀਕਲ ਹੈ ਚਾਹੇ ਉਹ ਆਰਟਸ ਹੈ ਚਾਹੇ ਉਹ ਕਮਰਸ ਹੈ ਉਸ ਤੋਂ ਬਾਅਦ ਮੈਂ ਇਹ ਵੀ ਐਡ ਕਰਨਾ ਚਾਹਾਂਗਾ ਕਾਫੀ ਸਾਰੇ ਬੱਚੇ ਜਿੱਦਾਂ ਜਿਹੜੇ ਪ੍ਰਾਈਵੇਟ ਕਾਲਜ 'ਚ ਅਪਲਾਈ ਕਰਦੇ ਆ ਔਰ ਉਹਨਾਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਮੈਂ ਐਡਵਾਈਸ ਕਰਾਂਗਾ ਕਿ ਇੱਕ ਵਾਰੀ ਗਵਰਨਮੈਂਟ ਕਾਲਜ 'ਚ ਜ਼ਰੂਰ ਅਪਲਾਈ ਕਰੋ ਕਿਉਂਕਿ ਪ੍ਰਾਈਵੇਟ ਕਾਲਜ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਹੈਗਾ ਉਹ ਇੰਨਾ ਵਧੀਆ ਨਹੀਂ ਹੈਗਾ ਸੋ ਸਟੂਡੈਂਟਸ ਨੂੰ ਮੇਰੀ ਇਹੀ ਐਡਵਾਈਸ ਹੈ ਕਿ ਤੁਸੀਂ ਸਰਕਾਰੀ ਕਾਲਜ 'ਚ ਅਪਲਾਈ ਕਰੋ ਔਰ ਹਾਲੇ ਸਪਤੰਬਰ ਇਨਟੇਕ ਇਜ਼ ਓਪਨ ਪਰ ਜੇ ਅਸੀਂ ਦੂਜੇ ਪਾਸੇ ਗੱਲ ਕਰੀਏ ਜੇ ਇੱਕ ਸਟੂਡੈਂਟ ਕਹਿੰਦਾ ਕਿ ਮੈਂ ਸੈਨਿਕਾ ਕਾਲਜ ਜਾਣਾ ਮੈਂ ਲੈਮਟਨ ਕਾਲਜ ਜਾਣਾ ਜਾਂ ਮੈਂ ਕੁਛ ਇੱਦਾਂ ਦੀ ਮੇਰੀ ਚੋਇਸ ਹੈ ਮੈਂ ਕੌਂਸਲਮ ਪੋਲੀਟੈਕਨੀਕ ਯੂਨੀਵਰਸਿਟੀ ਜਾਣਾ ਔਰ ਫਿਰ ਸਟੂਡੈਂਟ ਨੂੰ ਥੋੜ੍ਹਾ ਜਿਹਾ ਵੇਟ ਕਰਨਾ ਪੈ ਸਕਦਾ ਕਿਉਂਕਿ ਇਹਨਾਂ ਸਾਰੇ ਕਾਲਜਿਸ ਵਿੱਚ ਜਨਵਰੀ 23 ਵਿਲ ਬੀ ਅਵੇਲੇਬਲ ਸੋ ਕੁਛ ਕਾਲਜਿਸ ਆਲਰੇਡੀ ਜਨਵਰੀ 23 ਲਈ ਹੀ ਅਵੇਲੇਬਲ ਹੈਗੇ ਆ ਨਾਇਗਰਾ ਕਾਲਜ ਨੇ ਮੇਨ ਕੈਂਪਸ ਨੇ ਆਪਣੀਆਂ ਸੀਟਸ ਦੁਬਾਰਾ ਰੀਓਪਨ ਕਰਤੀਆਂ ਸੋ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਨਾਇਗਰਾ ਕਾਲਜ ਮੇਨ ਕੈਂਪਸ 'ਚ ਵੀ ਅਪਲਾਈ ਕਰ ਸਕਦੇ ਹੋ ਔਰ ਰਹੀ ਗੱਲ ਲੈਂਡਮਾਰਕ ਇਮੀਗ੍ਰੇਸ਼ਨ ਦੀ ਜਿੰਨੇ ਵੀ ਕਾਲਜਿਸ ਦੇ ਮੈਂ ਨਾਮ ਲਏ ਹੈ ਉਹਨਾਂ ਸਾਰੇ ਕਾਲਜਿਸ ਨੂੰ ਲੈਂਡਮਾਰਕ ਇਮੀਗ੍ਰੇਸ਼ਨ ਡਾਇਰੈਕਟਲੀ ਰਿਪ੍ਰੈਜ਼ੈਂਟ ਕਰਦਾ ਜੀ ਸਰ ਕਾਲਸ ਆਣੀਆਂ ਸਟਾਰਟ ਹੋ ਗਈਆਂ ਨੇ ਆਪਾਂ ਪਹਿਲਾਂ ਕਾਲ ਲੈਂਦੇ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਕੌਣ ਗੱਲ ਕਰ ਰਹੇ ਹੋ ਜੀ ਹਾਂਜੀ ਦੱਸੋ ਸੋਨਾਲੀ ਕੀ ਪੁੱਛਣਾ ਚਾਹੁੰਦੇ ਹੋ ਟੂਰਿਸਟ ਜਾਣਾ ਚਾਹੁੰਦੇ ਕੀ ਤੁਹਾਡਾ ਇੱਥੇ ਕੀ ਪ੍ਰੋਫਾਈਲ ਹੈ ਕੀ ਕਰਦੇ ਹੋ ਤੁਸੀਂ ਇੱਥੇ ਠੀਕ ਹੈ ਕਦੋਂ ਕੋ ਕੰਪਲੀਟ ਹੋਈ ਸੀ ਪਲੱਸ ਟੂ ਆਈ ਟੀ ਕਦੋਂ ਕੰਪਲੀਟ ਹੋਈ ਕਿੰਨੀ ਕੁ ਏਜ ਆ ਤੁਹਾਡੀ ਹੁਣ ਇਸ ਟਾਈਮ ਜੀ ਜੀ ਠੀਕ ਹੈ ਠੀਕ ਹੈ ਤੇ ਏਜ ਕਿੰਨੀ ਹੈ ਤੁਹਾਡੀ ਓਕੇ ਠੀਕ ਹੈ ਜੀ ਸੋਨਾਲੀ ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਸਕਦੇ ਹੋ ਜੀ ਸਰ ਬ੍ਰਦਰ ਹੈ ਇਹਨਾਂ ਦੇ ਅਸੀਂ ਦੇਖੋ ਇਹਨਾਂ ਨੂੰ ਮੈਂ ਐਡਵਾਈਸ ਕਰਾਂਗਾ ਜੇ ਇਹ ਕੈਨੇਡਾ ਜਾਣਾ ਚਾਹੁੰਦੇ ਆ ਤਾਂ ਮੈਂ ਇਹਨਾਂ ਨੂੰ ਐਡਵਾਈਸ ਕਰਾਂਗਾ ਕਿ ਇਹ ਕੀ ਕਹਿੰਦੇ ਆ ਆਪਣੀ ਫੈਮਿਲੀ ਦੇ ਨਾਲ ਆਪਣਾ ਕੇਸ ਲਗਾਉਣ ਮਤਲਬ ਕਿ ਜੇ ਆਪਣੇ ਮਦਰ ਫਾਦਰ ਦੇ ਨਾਲ ਆਪਣਾ ਕੇਸ ਲਗਾਉਣਗੇ ਤਾਂ ਇਹਨਾਂ ਦੇ ਵੀਜ਼ਾ ਚਾਂਸਿਸ ਬ੍ਰਾਈਟ ਰਹਿਣਗੇ ਕਿਉਂਕਿ ਜੇ ਇਕੱਲੇ ਕੇਸ ਲਗਾਉਣਗੇ ਸ਼ੀ ਇਜ਼ ਅ ਯੰਗ ਗਰਲ ਐਜੂਕੇਸ਼ਨ ਵੀ ਇਹਨਾਂ ਦੀ ਪਲੱਸ ਟੂ ਹੈ ਤਾਂ ਵੀਜ਼ਾ ਚਾਂਸਿਸ ਘੱਟ ਰਹਿਣਗੇ ਜੇ ਆਪਣੀ ਫੈਮਿਲੀ ਦੇ ਨਾਲ ਕੇਸ ਲਗਾਉਣਗੇ ਤਾਂ ਵੀਜ਼ਾ ਚਾਂਸਿਸ ਬਹੁਤ ਬ੍ਰਾਈਟ ਹੈ ਇਸ ਤੋਂ ਇਲਾਵਾ ਜੇ ਟੂਰਿਸਟ ਵੀਜ਼ਾ ਦੀ ਵੀ ਜੇ ਗੱਲ ਕਰੀਏ ਰਮਨ ਤਾਂ ਬਹੁਤ ਟੂਰਿਸਟ ਵੀਜ਼ਾ ਲੱਗ ਕੇ ਆ ਰਹੇ ਨੇ ਸਾਡੇ ਕੋਲ ਲਾਸਟ 45 ਡੇਜ਼ 'ਚ ਮੋਰ ਦੈਨ 70 ਟੂਰਿਸਟ ਵੀਜ਼ਾਜ਼ ਅਪਰੂਵਲ ਆਈਆਂ ਹੈਗੀਆਂ ਕੁਛ ਜਿਹੜੇ ਫਾਈਲ ਜਿਹੜੀਆਂ ਪੈਂਡਿੰਗ ਹੈਗੀਆਂ ਸੀ ਔਰ ਕੁਛ ਜਿਹੜੀਆਂ ਨਵੀਆਂ ਫਾਈਲ ਲੱਗ ਰਹੀਆਂ ਉਹਨਾਂ ਉੱਤੇ ਵੀ ਬਹੁਤ ਹੀ ਜਲਦ ਰਿਜ਼ਲਟਸ ਆ ਰਹੇ ਨੇ ਸੋ ਮੈਂ ਸਾਰਿਆਂ ਨੂੰ ਹੀ ਐਡਵਾਈਸ ਕਰਨਾ ਚਾਹਾਂਗਾ ਕਿ ਟੂਰਿਸਟ ਵੀਜ਼ਾ ਬਹੁਤ ਤੇਜ਼ੀ ਫੜ ਚੁੱਕਿਆ ਕੈਨੇਡਾ
दो ढाई साल बाद अपने लिए टूरिज्म ओपन करन वाला है। सो जे तुहाडे उत्थे रिश्तेदार रहिंदे ने या तुहाडे कोई ब्लड रिलेटिव हैगा या तुहाडे बच्चे उत्थे हैगे आ तां डेफिनेटली तुसी टूरिस्ट वीज़ा अपलाई कर सकते हो और कैनेडा जा सकते हो। बिल्कुल, और बहुत जल्दी भी आ रहे ने, इवन डिपेंडेंट वीज़ा भी बहुत जल्दी आ रहे ने। मैं हुणे वीज़ा हैंडओवर कीता 6 to 7 months बाद उन्होंने आ गया वीज़ा। सो डिपेंडेंट वीज़ा दी भी बहुत ज़्यादा तेज़ी फड़ी हुई है इस टाइम ते। सो जिन्हां दी स्पाउस उत्थे हैगियां या हसबेंड्स उत्थे हैगे और तुसी उन्हां नूं जॉइन करना चाहते हो तो लैंडमार्क इमीग्रेशन दे बहुत ज़्यादा डिपेंडेंट वीज़ाज डेली बेसिस ते अप्रूव होके आ रहे ने। और साड़ी फीस डिपेंडेंट वीज़ा दी ओनली 25,000 rupees है एंड टूरिस्ट वीज़ा दी साड़ी फीस ओनली 15,000 rupees है। सो डेफिनेटली तुसी साड़े नाल राबता कायम करो, सानू कॉन्टैक्ट करो और जे तुसी टूरिस्ट वीज़ा ते किसी भी कंट्री जाना चाहते हो। जी अच्छा सर, एक तो टूरिस्ट वीज़ा हो गया, लाइक तुहाडा कोई बच्चा रह रहा, भरा भैन कुछ रह रहा, एक नॉर्मली भी नहीं कोई अपना रहिंदा हैगा फिर भी जा सकते हैं? बिल्कुल। सो जे तुहाडा नॉर्मली भी कोई नहीं रहिंदा और तुहाडे कोल इनकम टैक्स रिटर्न और तुहाडा बिजनेस और या तुहाडे इत्थे खेतीबाड़ी अच्छे इनकम हैगी है और बैंक च तुहाडे कोल सपोर्टिंग फंड्स अच्छे हैगे है तो डेफिनेटली तुसी टूरिज्म लई भी कैनेडा अपलाई कर सकते हो। इस तों इलावा तुसी यूके भी अपलाई कर सकते हो, फ्रांस भी अपलाई कर सकते हो, स्विट्जरलैंड भी अपलाई कर सकते हो। इन्हां सारे कंट्रीज़ च अज की डेट च जिहड़े टूरिस्ट वीज़ा हैगे आ बहुत ही पॉजिटिव रिजल्ट आ रहे हैं। साढ़े को यूके दे भी रीसेंटली काफ़ी सारे वीज़ाज लग के आए हैं टूरिस्ट के एंड साडे कोल फ्रांस और स्विट्जरलैंड के भी काफ़ी सारे वीज़ाज लग के आए हैं। तुसी चाहे किसी भी कंट्री अपलाई करना हो टूरिज्म बेस से, सो आर प्रोसैसिंग फीस इज ओनली 15,000 rupees। जी सो टूरिस्ट वीज़ा लाइक कोविड तो बाद जो कोविड की सिचुएशन चल रही है कितना ना कितने बंद हो गए सके, सारे जने इतने स्टक बैठे से, पर हूँ तुहाडे कोल मौका है जो कैनेडा जाना जो किसी भी कंट्री जाना चाहते हो, लैंडमार्क इमीग्रेशन तुहाडी मदद करदा। एक बार प्रोफाइल डिस्कस करो, अपने डॉक्यूमेंट्स जड़े ने नंबर नीचे फ्लैश हो ही रहे हैं, इन्हें फोन करके शेयर कर दो, कॉल्स भी कर सकते हो जी तुसी जल्दी जल्दी इस शो दे विच। नैक्सट कॉलर लैने आप। हैलो हैलो, सत श्री अकाल, नमस्कार जी, कौन गल कर रहे? हां जी, मैं ना तुम्हारा शो देख रहा था इस टाइम। ठीक है जी, ओके। मैं डिपेंडेंट वीजा बारे पूछना था कनाडा के। ठीक है जी, पूछो जी, की पूछना चाहते हो? एक्चुअली मेरी वाइफ थी जी लास्ट सितंबर के डेट। ठीक है, लैंड मैं अपना वीजा अप्लाई करना चाहता हूं डिपेंडेंट। वाइफ तुम्हारी लैंडमार्क के थ्रू गई है कि किते और कंपनी के थ्रू गए ने? वाइफ तो लैंडमार्क। ओके ओके, ठीक है जी, हुण तुसीं अपना वीज़ा जिहड़ा अप्लाई करना चाहते हो। ठीक है जी, ओके, ठीक है। टीवी स्क्रीन ते आंसर जिहड़ा तुसीं इसदा सुन लो। जी सर, डिपेंडेंट वीज़ा, सो डिपेंडेंट वीज़ा तो आ ही रहे ने, इन्हां नूं ऑलमोस्ट 7-8 months तो हो ही गए ने, इन्हां दी वाइफ नूं गए हुए है ना सर? सो स्टूडेंट्स जिन्हां दी वाइफ ऑलरेडी जा चुकी है और इन्हां दी वाइफ लैंडमार्क इमीग्रेशन तो ही गई है तो बेशक ये डिपेंडेंट वीज़ा अप्लाई कर सकते हैं। और डिपेंडेंट वीज़ा की असी गल करिए तो इन्हां नूं अपने वाइफ के भी डॉक्यूमेंट्स चाहिए होणगे कि वो उत्थे उन्होंने जो एक समेस्टर पढ़िया दैट विल प्रूव दैट शी इज़ अ रेगूलर स्टूडेंट। वो जो कितने जॉब करते हैं लीगली तो वो भी डॉक्यूमेंट चाहिए होणगे और एक इनविटेशन लैटर चाहिए होएगा, वो सैंपल असी देवांगे। और इतों भी इन्हों फाइनैशियल डॉक्यूमेंट्स चाहिए होणगे, वो भी इन्हों प्रॉपरली गाइड किया जाएगा और डेफिनेटली अपना डिपेंडेंट वीज़ा अपलाई कर सकते हैं। और जे डिपेंडेंट वीज़ा अपलाई करना चाहते हैं तो साढ़े नीरेस्ट ऑफिस विजिट कर सकते हैं, चंडीगढ़, मोहाली, जलंधर, अमृतसर, लुधियाना और बठिंडा, मोगा। सो तुसी साढ़े नीरेस्ट ऑफिस अपलाई कर सकते हो, जम्मू भी तुसी जा सकते हो, साडा ऑफिस है और बहुत जल्दी साडा ऑफिस बैंगलोर च भी खुलन वाला है और इस तों इलावा साडी ब्रांच गुजरात च वडोदरा च भी हैगी है। ओके अच्छा सर, हुण सितंबर इनटेक तो तुसी दस ही दिता ऑलमोस्ट, पर मई इनटेक हालांकि बहुत घट टाइम रह गया है, पर मई इनटेक दी हैगी कुछ एक सीट्स अवेलेबल बच्चों के लिए जे हैगी? मई इनटेक लई तां हुण काफ़ी देरी हो चुकी है, जैसे कही है मई इनटेक तां हुण डिले है, हुण स्टूडेंट्स अपलाई नहीं कर सकते मई इनटेक लई। हुण तां जिन्हां दे वीज़ा आ रहे ने उन्होंने भी कई कॉलेजेस का डेफर लेना पै रहा, बिकॉज देखो काफ़ी सारे कॉलेजेस की जी डेफर डेडलाइन हैगी है 19 April है, जिमें अलगोमा यूनिवर्सिटी की, किसी की 1 April से नायगरा कॉलेज टोरोंटो की। सो सारे कॉलेजेस की डेफर डेडलाइनज आर वेरी वेरी क्लोज, हूँ तो जिन्हें फाइल लॉज्ड हैगी हैं उन्होंने देखना है कि उन्होंने मई इनटेक मिलता है कि नहीं मिलता या फिर उन्होंने डेफर लेना पैंदा। और सब तो वधिया गल है कि मई इनटेक इज़ द लास्ट इनटेक जिदे च तुसी ऑनलाइन पढ़ सकते हो, सितंबर तो कोई भी इनटेक ऑनलाइन नहीं होएगा, देयर विल बी ऑल ऑफलाइन क्लासेस
ਸੋ ਕਈ ਬੱਚੇ ਜਿਹੜੇ ਆਨਲਾਈਨ ਤੇ ਕੈਨੇਡਾ ਪਹੁੰਚ ਕੇ ਆਨਲਾਈਨ ਪੜ੍ਹ ਰਹੇ ਸੀ ਉਹਨਾਂ ਨੂੰ ਬੜਾ ਔਖਾ ਲੱਗ ਰਿਹਾ ਕਾਲਜ ਜਾਣਾ ਸੋ ਉਹਨਾਂ ਨੂੰ ਲੱਗਦਾ ਕਿ ਆਨਲਾਈਨ ਪੜ੍ਹਨਾ ਬੜਾ ਸੌਖਾ ਸੀ ਜਦੋਂ ਤੁਹਾਨੂੰ ਪਤਾ ਹੀ ਹੋਣਾ ਰਮਨ ਜਦੋਂ ਪਹਿਲਾਂ ਆਨਲਾਈਨ ਸਟੱਡੀਜ਼ ਹੋਇਆ ਸੀ ਤਾਂ ਸਟੂਡੈਂਟ ਕਹਿੰਦੇ ਸੀ ਬੜਾ ਔਖਾ ਬੜਾ ਔਖਾ ਔਰ ਹੁਣ ਜਿਹੜੇ ਪੜ੍ਹ ਰਹੇ ਆ ਆਨਲਾਈਨ ਉਹਨਾਂ ਨੂੰ ਕਾਲਜ ਜਾਣਾ ਔਖਾ ਲੱਗ ਰਿਹਾ ਉਹਨਾਂ ਨੂੰ ਲੱਗਦਾ ਕਿ ਜਿਹੜੀ ਆਨਲਾਈਨ ਸਟੱਡੀ ਸੀ ਉਹ ਕਿਤੇ ਵੀ ਬੈਠੇ ਕਰੀ ਜਾਂਦੇ ਸੀ ਬਿਲਕੁਲ ਬਿਲਕੁਲ ਸੋ ਅਗਲੇ ਕਾਲਰ ਹੈਲੋ 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 ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਮੈਂ ਸੋਨੀਆ ਗੱਲ ਕਰ ਰਹੀ ਹਾਂ ਹਾਂਜੀ ਸੋਨੀਆ ਕਿੱਥੋਂ ਗੱਲ ਕਰ ਰਹੇ ਹੋ ਕੀ ਪੁੱਛਣਾ ਚਾਹੁੰਦੇ ਹੋ ਕਰੋ ਜੀ ਕੀ ਪ੍ਰੋਫਾਈਲ ਹੈ ਉਹਨਾਂ ਦੀ ਠੀਕ ਹੈ ਠੀਕ ਹੈ ਡਨ ਠੀਕ ਹੈ ਕੈਨੇਡਾ ਜਾਣਾ ਠੀਕ ਹੈ ਜੀ ਠੀਕ ਹੈ ਤੁਸੀਂ ਟੀ ਵੀ ਸਕਰੀਨ 'ਤੇ ਆਨਸਰ ਸੁਣ ਲਓ ਸੋ ਸਰ ਆਈ ਥਿੰਕ ਪੋਜ਼ੀਟਿਵ ਪ੍ਰੋਫਾਈਲ ਹੀ ਹੈਗਾ ਨਾ ਸਿਕਸ ਨੇ ਸਿਕਸ ਈਚ ਔਰ 2018 'ਚ ਇਹਨਾਂ ਨੇ BBA ਕੀਤੀ ਹੈ ਸੋ ਬਹੁਤ ਅੱਛਾ ਪ੍ਰੋਫਾਈਲ ਹੈ ਔਰ ਸਿਕਸ ਈਚ ਹੈ ਤਾਂ ਮੈਂ ਇਹਨਾਂ ਨੂੰ ਸੁਜੈਸਟ ਕਰਾਂਗਾ ਕਿ MBA ਕਰਨ ਜਾ ਸਕਦੇ ਹਾਂ ਜਾਂ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਬਿਜ਼ਨਸ ਕਰਨ ਜਾ ਸਕਦੇ ਹਾਂ ਹਿਊਮਨ ਰਿਸੋਰਸ ਮੈਨੇਜਮੈਂਟ ਦਾ ਕੋਰਸ ਕਰਨ ਜਾ ਸਕਦੇ ਹਾਂ ਸਪਲਾਈ ਚੇਨ ਮੈਨੇਜਮੈਂਟ ਕਰਨ ਜਾ ਸਕਦੇ ਹਾਂ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਕਰਨ ਜਾ ਸਕਦੇ ਹਾਂ ਤਾਂ ਇਹਨਾਂ ਨੇ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਔਰ ਇਹ ਸਾਰੀਆਂ ਆਪਸ਼ਨ ਸਾਡੇ ਕੋਲ ਸਪਟੈਂਬਰ ਇਨਟੇਕ 'ਚ ਹੀ ਅਵੇਲੇਬਲ ਹੈਗੀਆਂ ਸੋ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਤੁਸੀਂ ਸਾਡੇ ਕੋਲ ਜਲਦ ਤੋਂ ਜਲਦ ਸਾਡੇ ਨੀਅਰੈਸਟ ਆਫਿਸ ਵਿਜ਼ਿਟ ਕਰੋ ਜੀ ਅੱਛਾ ਸਰ ਜੇਕਰ ਮੈਂ ਗੱਲ ਕਰਾਂ ਸਟੂਡੈਂਟਸ ਦੀ ਨਾ ਸਟੂਡੈਂਟ ਠੀਕ ਹੈ ਅਸੀਂ ਕੈਨੇਡਾ ਜਾਣਾ ਪਰ ਇਹ ਨਹੀਂ ਪਤਾ ਹੁੰਦਾ ਕਿ ਕਿਹੜਾ ਕਾਲਜ ਬੈਸਟ ਹੈ ਕਿਹੜਾ ਪ੍ਰੋਵਿੰਸ ਬੈਸਟ ਹੈਗਾ ਜੇ ਤੁਹਾਡੇ ਅਕੋਰਡਿੰਗਲੀ ਮੈਂ ਪੁੱਛਾਂ ਇੱਕ ਚੰਗੇ ਪ੍ਰੋਫਾਈਲ ਵਾਲੇ ਨੂੰ ਕਿਹੜਾ ਪ੍ਰੋਵਿੰਸ ਕਿਹੜਾ ਕਾਲਜ ਤੁਸੀਂ ਸੁਜੈਸਟ ਕਰਦੇ ਹੋ ਸੋ ਦੇਖੋ ਅੱਜ ਦੀ ਡੇਟ 'ਚ ਤਾਂ ਬੱਚਾ ਸੁਣਦਾ ਹੀ ਨਹੀਂ ਹੈਗਾ ਬੱਚਾ ਸਿਰਫ ਟੋਰਾਂਟੋ ਜਾਣਾ ਚਾਹੁੰਦਾ ਰਮਨ ਸੋ ਟੋਰਾਂਟੋ ਇਜ਼ ਦ ਮੋਸਟ ਫੇਮਸ ਸਿਟੀ ਫੋਰ ਆਲ ਦ ਸਟੂਡੈਂਟਸ ਟੋਰਾਂਟੋ ਬਰੈਂਪਟਨ ਮਿਸੀਸਾਗਾ ਸਟੂਡੈਂਟ ਇੱਥੇ ਹੀ ਜ਼ਿਆਦਾ ਜਾਣਾ ਚਾਹੁੰਦੇ ਆ ਬਿਕੋਜ਼ ਥੋੜ੍ਹਾ ਗਲੋਰੀਫਾਈਡ ਕਰ ਦਿੱਤਾ ਗਿਆ ਜਿੰਨੀਆਂ ਪਿਕਚਰ ਆਉਂਦੀਆਂ ਪੰਜਾਬੀ ਉਹ ਵੀ ਟੋਰਾਂਟੋ 'ਚ ਹੀ ਹੁੰਦੀਆਂ ਔਰ ਜਿੰਨੇ ਗਾਣੇ ਆਉਂਦੇ ਆ ਉਹਨਾਂ ਨੂੰ ਵੀ ਸੀਐਨ ਟਾਵਰ ਨੂੰ ਹੀ ਹਾਈਲਾਈਟ ਕੀਤਾ ਜਾਂਦਾ ਕੈਨੇਡਾ ਮੀਨ ਟੋਰਾਂਟੋ ਹੀ ਆ ਪੰਜਾਬੀ ਸਟੂਡੈਂਟਸ ਨੂੰ ਲੱਗਦਾ ਹੈ ਕਿ ਕੈਨੇਡਾ 'ਚ ਸਿਰਫ ਇੱਕੋ ਹੀ ਸ਼ਹਿਰ ਹੈਗਾ ਔਰ ਬਟ ਮੈਂ ਇਹਦੇ ਨਾਲ ਦੱਸਾਂ ਕਿ ਜਦੋਂ ਠੀਕ ਹੈ ਬਹੁਤ ਵਧੀਆ ਸ਼ਹਿਰ ਹੈ ਇਟਸ ਅ ਮੈਟਰੋਪੋਲੀਟਨ ਸਿਟੀ ਇਟ ਇਜ਼ ਕਹਿੰਦੇ ਕਿ ਨਿਊਯਾਰਕ ਜਿੱਦਾਂ ਦਾ ਸ਼ਹਿਰ ਹੈਗਾ ਇਟ ਇਜ਼ ਕਾਇੰਡ ਆਫ ਅ ਨਿਊਯਾਰਕ ਫੋਰ ਕੈਨੇਡਾ ਐਂਡ ਕਾਫੀ ਟ੍ਰੈਫਿਕ ਹੈ ਦਿਨ ਵੇਲੇ ਜੇ ਤੁਸੀਂ ਕਹੋ ਕਿ ਡੇ ਟਾਈਮ ਯੂ ਹੈਵ ਟੂ ਮੂਵ ਇਟ ਟੁੱਕ ਮੀ 2.5 hours ਫੋਰ 20 kilometers ਸੋ ਬਹੁਤ ਟ੍ਰੈਫਿਕ ਹੈ ਔਰ ਟੋਰਾਂਟੋ 'ਚ ਡੇ ਟਾਈਮ 'ਤੇ ਰਹਿੰਦਾ ਪੀ ਕਾਰਸ ਦੈਟ ਇਜ਼ ਰੀਅਲੀ ਟਫ ਟੂ ਮੂਵ ਇਨ ਯੂਅਰ ਕਾਰ ਸੋ ਸਟੂਡੈਂਟਸ ਦੇਖੋ ਵੱਡੇ ਸ਼ਹਿਰ ਦੇ ਫਾਇਦੇ ਵੀ ਹੈ ਔਰ ਵੱਡੇ ਸ਼ਹਿਰ ਦੇ ਨੁਕਸਾਨ ਵੀ ਹੈ ਬਟ ਕੈਨੇਡਾ ਦੀ ਅਸੀਂ ਜੇ ਗੱਲ ਕਰੀਏ ਤਾਂ ਕੈਨੇਡਾ 'ਚ ਜ਼ਿਆਦਾਤਰ ਜਿਹੜੇ ਸਿਟੀਜ਼ ਹੈਗੀਆਂ ਦੇ ਆਰ ਕੁਆਇਟ ਸਮਾਲ ਟੋਰਾਂਟੋ ਜਾਂ ਵੈਨਕੂਵਰ ਨੂੰ ਛੱਡ ਕੇ ਐਂਡ ਇਸ ਤੋਂ ਇਲਾਵਾ ਕੈਲਗਰੀ ਐਡਮਿੰਟਨ ਅੱਛੇ ਸ਼ਹਿਰ ਹੈਗੇ ਆ ਜਿੱਥੇ ਸਟੂਡੈਂਟ ਪੜ੍ਹਨ ਜਾ ਸਕਦਾ ਅਲਬਰਟਾ 'ਚ ਫਿਰ ਸਸਕੈਚੂਅਨ 'ਚ ਰਜਾਈਨਾ ਸਸਕਾਟੂਨ ਵੀ ਵਧੀਆ ਸ਼ਹਿਰ ਹੈ ਹੁਣ ਹਰ ਕਿਸੇ ਦਾ ਪੁਆਇੰਟ ਆਫ ਵਿਊ ਹੁੰਦਾ ਜੇ ਤਾਂ ਤੁਸੀਂ ਦੇਖੋ PR ਪੁਆਇੰਟ ਆਫ ਵਿਊ ਦੀ ਗੱਲ ਕਰੋ ਰਮਨ ਤਾਂ ਸਸਕੈਚੂਅਨ ਔਰ ਨਿਊ ਬ੍ਰੂਨਜ਼ਵਿਕ ਬਹੁਤ ਵਧੀਆ ਪ੍ਰੋਵਿੰਸ ਹੈਗੇ ਹੈ ਜਾਂ ਨੋਵਾ ਸਕੋਸ਼ੀਆ ਬਹੁਤ ਵਧੀਆ ਪ੍ਰੋਵਿੰਸ ਹੈਗੇ ਆ PR ਪੁਆਇੰਟ ਆਫ ਵਿਊ 'ਤੇ ਬਹੁਤ ਸੌਖੀ PR ਮਿਲ ਜਾਂਦੀ ਹੈ ਸਸਕੈਚੂਅਨ ਨਿਊ ਬ੍ਰੂਨਜ਼ਵਿਕ ਔਰ ਨੋਵਾ ਸਕੋਸ਼ੀਆ 'ਚ ਪਰ ਜੇ ਤੁਸੀਂ ਕਹੋ ਕਿ ਮੈਂ ਸਟੂਡੈਂਟ ਕਹਿੰਦੇ ਕਿ ਸਾਨੂੰ ਥੋੜ੍ਹਾ ਜਿਹਾ ਇਨਵਾਇਰਮੈਂਟ ਚਾਹੀਦਾ ਹੈ ਕਿ ਜ਼ਿਆਦਾ ਬੱਚੇ ਆਪਣੇ ਹੋਣ ਤਾਂ ਓਨਟਾਰੀਓ ਬਹੁਤ ਜ਼ਿਆਦਾ ਬੱਚੇ ਅੱਜ ਡੇਟ 'ਚ ਹਰ ਸ਼ਹਿਰ 'ਚ ਹੀ ਜਾ ਰਹੇ ਨੇ ਐਂਡ ਬਟ ਓਨਟਾਰੀਓ ਵਿੱਚ ਵੀ ਕੁਛ ਇੱਦਾਂ ਦੇ ਸ਼ਹਿਰ ਸ਼ਾਰਟ ਲਿਸਟ ਕੀਤੇ ਗਏ ਆ ਜਿਹਦੇ RNIP ਦੇ ਅੰਡਰ ਆਉਂਦੇ ਆ ਸੋ ਉਹਦੇ ਵਿੱਚ ਵੀ ਕੁਛ ਸ਼ਹਿਰ ਜਿਵੇਂ ਸਡਬਰੀ ਹੋ ਗਿਆ ਟਿਮਿਨਸ ਹੋ ਗਿਆ ਸੂ ਸੈਂਟ ਮੈਰੀ ਹੋ ਗਿਆ ਇੱਦਾਂ ਦੇ ਸ਼ਹਿਰ 'ਚ ਸਟੂਡੈਂਟਸ ਅਪਲਾਈ ਕਰ ਸਕਦੇ ਆ ਸੋ ਡੈਫੀਨੇਟਲੀ ਬੱਚੇ ਦੀ ਚੋਇਸ ਰਹਿੰਦੀ ਅੱਜ ਕੱਲ੍ਹ ਬੱਚੇ ਪਹਿਲਾਂ ਹੀ ਮਨ ਬਣਾ ਕੇ ਆਏ ਹੁੰਦੇ ਆ ਕਿਹੜੇ ਸ਼ਹਿਰ 'ਚ ਜਾਣਾ ਬਟ ਡੈਫੀਨੇਟਲੀ ਜੇ ਤੁਸੀਂ ਸਾਡੀ ਐਡਵਾਈਸ ਕਹੋਗੇ ਤਾਂ ਵੀ ਵਿਲ ਗਾਈਡ ਯੂ ਅਕੋਰਡਿੰਗਲੀ ਬਿਲਕੁਲ ਜੀ ਬਿਲਕੁਲ ਅਗਲੇ ਕਾਲਰ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਕੌਣ ਗੱਲ ਕਰ ਰਹੇ ਹੋ ਹਾਂਜੀ ਦੱਸੋ ਗੁਰਜਿੰਦਰ ਕੀ ਸਵਾਲ ਹੈ ਤੁਹਾਡਾ ਕਿਹੜੇ ਸਾਲ ਚ ਕੀਤੀ ਹੈ ਪਲੱਸ ਟੂ ਤੁਸੀਂ ਕੈਨੇਡਾ ਕੋਈ ਲੋਕੇਸ਼ਨ ਦੀ ਪ੍ਰੈਫਰੈਂਸ ਕਾਲਜ ਦੀ ਪ੍ਰੈਫਰੈਂਸ ਹੈਗੀ ਆ ਕੋਈ ਠੀਕ ਹੈ ਜੀ ਠੀਕ ਹੈ
ਓਕੇ ਗੁਰਜਿੰਦਰ ਟੀਵੀ ਸਕਰੀਨ ਤੇ ਆਨਸਰ ਸੁਣ ਲਓ ਸਰ ਬਹੁਤ ਵੱਡੀ ਤਦਾਦ 'ਚ ਇੱਦਾਂ ਦੇ ਸਟੂਡੈਂਟ ਹੁੰਦੇ ਨੇ ਕਿ ਨੌਲੇਜ ਨਹੀਂ ਹੈਗੀ ਹੈ ਨਾ ਸਾਨੂੰ ਅੱਜ ਦੇ ਡੇਟ 'ਚ ਬਹੁਤ ਰੇਅਰ ਹੈ ਬੱਚੇ ਜਿਨ੍ਹਾਂ ਨੂੰ ਨੌਲੇਜ ਨਹੀਂ ਹੈਗੀ ਕਿਉਂਕਿ ਇਹ ਯੂਟਿਊਬ ਟੀ ਵੀ ਚੈਨਲ ਦੇ ਮਾਧਿਅਮ ਦੇ ਰਾਹੀਂ ਪੇਰੈਂਟਸ ਨੂੰ ਬੱਚਿਆਂ ਨੂੰ ਕਾਫੀ ਸਾਰੀ ਨੌਲੇਜ ਹੈ ਬਟ ਇੱਦਾਂ ਦੇ ਵੀ ਹੈਗੇ ਜਿੱਦਾਂ ਇਹਦਾ ਇੱਕ ਸਟੂਡੈਂਟ ਹੈਗਾ ਕਿ ਇਹਨੂੰ ਨੌਲੇਜ ਨਹੀਂ ਹੈਗੀ ਔਰ ਡੈਫੀਨੇਟਲੀ ਕਈ ਵਾਰੀ ਇੱਦਾਂ ਦੇ ਬੱਚੇ ਜਦੋਂ ਕਿਸੇ ਕੰਸਲਟੈਂਟ ਕੋਲ ਜਾਂਦੇ ਉਦੋਂ ਕਿਸੇ ਪ੍ਰਾਈਵੇਟ ਕਾਲਜ 'ਚ ਇਹਨਾਂ ਨੂੰ ਸੁਜੈਸਟ ਕਰ ਦਿੰਦੇ ਔਰ ਇਹਨਾਂ ਨੂੰ ਰਿਫਿਊਜ਼ਲ ਆ ਜਾਂਦੀ ਹੈ ਸੋ ਸਾਡੇ ਕੋਲ ਇੱਦਾਂ ਦੇ ਡੇਲੀ ਬੇਸਿਸ 'ਤੇ ਕੋਈ ਨਾ ਕੋਈ ਸਟੂਡੈਂਟਸ ਵਿਜ਼ਿਟ ਕਰਦੇ ਆ ਸੋ ਮੇਰੀ ਇਹਨਾਂ ਨੂੰ ਐਡਵਾਈਸ ਹੈਗੀ ਹੈ ਕਿ ਕੀ ਕਹਿੰਦੇ ਜਿਵੇਂ ਇਹਨਾਂ ਦੇ 6.5 ਬੈਂਡ ਹੈ ਪਲੱਸ 2 ਆਰਟਸ ਹੈ ਸਟਿਲ ਇਹ ਅਪਲਾਈ ਕਰ ਸਕਦੇ ਹੈ ਆ ਸਪਤੰਬਰ ਇਨਟੇਕ ਲਈ ਔਰ ਇਹਨਾਂ ਲਈ ਕੁਛ ਪ੍ਰੋਗਰਾਮਸ ਇੱਦਾਂ ਦੇ ਆ ਕਿ ਹੋਸਪਿਟੈਲਿਟੀ ਦਾ ਪ੍ਰੋਗਰਾਮ ਕਰਨ ਜਾ ਸਕਦੇ ਹੈ ਹੋਟਲ ਐਂਡ ਰੈਸਟੋਰੈਂਟ ਓਪਰੇਸ਼ਨ ਦਾ ਪ੍ਰੋਗਰਾਮ ਕਰਨ ਜਾ ਸਕਦੇ ਹੈ ਪੁਲਿਸ ਫਾਊਂਡੇਸ਼ਨ ਦਾ ਕੋਰਸ ਕਰਨ ਜਾ ਸਕਦੇ ਹੈ ਐਸੋਸੀਏਟ ਡਿਗਰੀ ਇਨ ਆਰਟਸ ਕਰਨ ਜਾ ਸਕਦੇ ਹੈ ਔਰ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਤਾਂ ਪ੍ਰੋਟੈਕਸ਼ਨ ਸਿਕਿਉਰਿਟੀ ਇਨਵੈਸਟੀਗੇਸ਼ਨ ਦਾ ਕੋਰਸ ਕਰਨ ਜਾ ਸਕਦੇ ਹਾਂ ਜਰਨਲਿਜ਼ਮ ਦਾ ਕੋਰਸ ਕਰਨ ਜਾ ਸਕਦੇ ਹਾਂ ਗੇਮ ਡਿਜ਼ਾਈਨ ਕਰਨ ਜਾ ਸਕਦੇ ਹਾਂ ਕਿਉਂਕਿ ਇਹ ਸਾਰੇ ਜਿੰਨੇ ਕੋਰਸਿਸ ਦਾ ਮੈਂ ਨਾਮ ਲੈ ਰਿਹਾ ਇਹਨਾਂ 'ਚ ਸਿਰਫ ਜਿਹੜੀ ਰਿਕੁਆਇਰਮੈਂਟ ਹੈਗੀ ਆ ਉਹ ਇੰਗਲਿਸ਼ ਦੀ ਹੈ ਸੋ ਸਟੂਡੈਂਟ ਜਿਨ੍ਹਾਂ ਕੋਲ ਇੰਗਲਿਸ਼ ਹੈਗੀ ਹੈ ਉਹ ਇਹ ਸਾਰੇ ਕੋਰਸਿਸ ਕਰਨ ਜਾ ਸਕਦੇ ਹਾਂ ਸੋ ਪਲੱਸ 2 ਆਰਟਸ ਵਾਲੇ ਵਾਸਤੇ ਵੀ ਕੈਨੇਡਾ ਵਿੱਚ ਅੱਛੀਆਂ ਆਪਸ਼ਨਸ ਹੈਗੀਆਂ ਤੁਸੀਂ ਉਹ ਕੋਰਸਿਸ ਕਰਕੇ ਅੱਛਾ ਸਕੋਪ ਜਿਹਨਾਂ ਕਿ ਆਪਣਾ ਅੱਛਾ ਕਰੀਅਰ ਬਣਾ ਸਕਦੇ ਹੋ ਜੀ ਅੱਛਾ ਸਰ ਇੱਕ ਨਾ ਬੱਚੇ ਇੱਥੋਂ ਜਾਂਦੇ ਨੇ ਕੋਈ ਵੀ ਡਿਗਰੀ ਲੈ ਲਈ ਉੱਥੇ ਗਏ ਹਾਂ ਸਾਨੂੰ ਟਫ ਲੱਗ ਰਹੀ ਹੈ ਜੀ ਹੁਣ ਅਸੀਂ ਚੇਂਜ ਕਰ ਦਈਏ ਅਸੀਂ ਕਾਲਜ ਚੇਂਜ ਕਰ ਦਿੰਦੇ ਹਾਂ ਹੈ ਨਾ 6 ਮਹੀਨੇ ਸਾਲ ਤੋਂ ਬਾਅਦ ਸੋ ਕੀ ਸੁਜੈਸਟ ਕਰੋਗੇ ਠੀਕ ਹੈ ਨੋਰਮਲ ਹੈ ਇਹ ਕਰਨਾ ਜਾਂ ਫਿਰ ਅਗਰ ਚੇਂਜ ਕਰਦੇ ਨੇ ਕੋਰਸ ਕਾਲਜ ਕਿਤੇ ਨਾ ਕਿਤੇ ਫਰਕ ਪਏਗਾ ਉਹਨਾਂ ਦੇ ਸੋ ਮੈਂ ਇੱਕ ਐਗਜ਼ਾਮਪਲ ਲੈਣਾ ਹੁਣੇ ਰੀਸੈਂਟਲੀ ਮੇਰੇ ਕੋਲ ਇੱਕ ਬੱਚਾ ਆਇਆ ਸੀ ਉਹਨੇ ਕਿਸੇ ਗਵਰਨਮੈਂਟ ਕਾਲਜ 'ਚ ਐਡਮਿਸ਼ਨ ਲਈ ਉੱਥੋਂ ਕੋਈ ਕਾਲਜ ਕਿਸੇ ਬੱਚੇ ਦੀ ਗੱਲਾਂ 'ਚ ਆ ਗਿਆ ਉਹ ਤਾਂ ਉਹ ਉੱਥੋਂ ਮੋਂਟਰੀਅਲ ਚਲਾ ਗਿਆ ਕਿਸੇ ਪ੍ਰਾਈਵੇਟ ਕਾਲਜ 'ਚ ਜੀ ਉਸ ਤੋਂ ਬਾਅਦ ਅਸੀਂ ਜੇ ਗੱਲ ਕਰੀਏ ਤਾਂ ਕੀ ਕਹਿੰਦੇ ਹੈ ਉਹ ਉੱਥੋਂ ਜਾ ਕੇ ਉਹ ਮੋਂਟਰੀਅਲ ਕਾਲਜ 'ਚ ਉਹ ਸੈਟਲ ਜਿਹਾ ਨਹੀਂ ਹੋ ਪਾਇਆ ਔਰ ਉਹਨੇ ਆਪਣੇ ਗਵਰਨਮੈਂਟ ਕਾਲਜ ਨੂੰ ਕਿਹਾ ਕਿ ਤੁਸੀਂ ਮੈਨੂੰ ਵਾਪਸ ਲੈ ਲਓ ਸੋ ਉਹਨਾਂ ਨੇ ਵੀ ਉਹਨੂੰ ਵਾਪਸ ਨਹੀਂ ਲਿਆ ਔਰ ਬੱਚਾ ਇਲੀਗਲ ਹੋ ਗਿਆ ਉਹਨੂੰ ਵਾਪਸ ਆਉਣਾ ਪੈ ਗਿਆ ਜੀ ਸੋ ਹੁਣ ਬੱਚਾ ਦੁਬਾਰਾ ਟਰਾਈ ਕਰ ਰਿਹਾ ਕੈਨੇਡਾ ਜਾਣ ਦਾ ਸੋ ਮੇਰੀ ਸਾਰਿਆਂ ਨੂੰ ਇਹੀ ਐਡਵਾਈਸ ਹੈਗੀ ਹੈ ਇੱਦਾਂ ਦੀ ਗਲਤੀ ਨਾ ਕਰੋ ਜਿਹੜੇ ਕਾਲਜ ਦਾ ਵੀਜ਼ਾ ਲੱਗਾ ਉਸੇ ਕਾਲਜ 'ਚ ਪੜ੍ਹੋ ਬਿਲਕੁਲ ਜੀ 2-3 ਸਾਲ ਦੀ ਸਟੱਡੀ ਹੁੰਦੀ ਹੈ ਅਤੇ ਤੁਸੀਂ ਫੋਕਸ ਹੋ ਕੇ ਕਰ ਲਓਗੇ ਤਾਂ ਫਿਊਚਰ ਵਧੀਆ ਹੋਏਗਾ ਸੋ ਨੈਕਸਟ ਕਾਲਰ ਹੈਲੋ 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 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਜੀ ਅਤੇ ਕੀ ਸਵਾਲ ਹੈ ਮੈਂ ਸੁਰਿੰਦਰ ਗੱਲ ਕਰ ਰਿਹਾ ਜੀ ਲੁਧਿਆਣੇ ਤੋਂ ਹਾਂਜੀ ਦੱਸੋ ਸੁਰਿੰਦਰ ਜੀ ਕੀ ਸਵਾਲ ਹੈ ਮੈਡਮ ਮੈਂ ਬੇਸਿਕਲੀ ਨਾ ਆਪਣੇ ਬ੍ਰਦਰ ਨੂੰ ਰਿਗਾਰਡਿੰਗ ਪੁੱਛਣਾ ਸੀਗਾ ਕਿ ਮੇਰੇ ਬ੍ਰਦਰ ਹੈ ਉਹਨੇ ਹਾਲੇ ਪਲੱਸ ਟੂ ਜਿਹੜੀ ਹੈ ਪਾਸ ਆਊਟ ਕੀਤੀ ਹੈ ਉਹਨੇ ਟੈਸਟ 2021 ਠੀਕ ਹੈ ਹਾਂਜੀ ਤੇ ਉਹਦੇ ਆਈਲੈਟਸ ਦੇ 6.5 ਬੈਂਡ ਹੈ ਜੀ ਠੀਕ ਹੈ ਕਿੱਥੇ ਭੇਜਣਾ ਹੈ ਕੈਨੇਡਾ ਹੀ ਅਸੀਂ ਕਨਫਿਊਜ਼ ਹਾਂ ਬੇਸਿਕਲੀ ਕਿ ਕੈਨੇਡਾ ਆਸਟ੍ਰੇਲੀਆ ਜਾਂ ਮਤਲਬ ਦੋ ਕੰਟਰੀ ਜਿਹੜੀ ਉਹਦੀ ਆਪ ਦੀ ਕਿਹੜੀ ਚੁਆਇਸ ਹੈ ਉਹ ਕਹਿੰਦਾ ਹੈ ਕੈਨੇਡਾ ਜਾਣਾ ਮੈਂ ਤੇ ਕੈਨੇਡਾ ਦੇ ਵਿੱਚ ਅਗਰ ਆਪਾਂ ਗਵਰਨਮੈਂਟ ਯੂਨੀਵਰਸਿਟੀ 'ਚ ਕੁਛ ਅਪਲਾਈ ਕਰੀ ਸਕਾਲਰਸ਼ਿਪ ਦਾ ਕੀ ਰਹੇਗਾ ਕੁਛ ਫੀਸ ਹੈ ਬੱਚੇ ਕਿਉਂਕਿ 6.5 ਬੈਂਡ ਹੈਗੇ ਨੇ ਅਤੇ ਪਲੱਸ ਟੂ ਦੇ ਵਿੱਚ ਵੀ 70 ਜਿਹੜੇ ਮਾਰਕਸ ਹੈਗੇ ਨੇ ਉਹਦੇ ਓਕੇ 70% ਆਰਟਸ ਦੇ ਵਿੱਚ ਕੀਤੀ ਸੀਗੀ ਪਲੱਸ ਟੂ ਹਾਂਜੀ ਆਰਟਸ ਦੇ ਵਿੱਚ ਕੀਤੀ ਹੈ ਜੀ ਆਰਟਸ ਦੇ ਵਿੱਚ ਠੀਕ ਹੈ ਜੀ ਸੁਰਿੰਦਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਕਾਲਜ ਸਾਨੂੰ ਉਹ ਜਿਹਾ ਇੱਕ ਵਾਰੀ ਡਿਸਾਈਡ ਕਰਨਾ ਕਿ ਜਿਹਦੇ ਵਿੱਚ ਜਿਹੜੀ ਜੀ ਸਕਾਲਰਸ਼ਿਪ ਦੀ ਕੋਈ ਆਪਸ਼ਨ ਹੋਵੇ ਤਾਂ ਕਿ ਬੱਚਾ ਜਿਹੜਾ ਹੈ ਸਫਰ ਨਾ ਕਰੇ ਨਾ 70% ਮਾਰਕਸ ਨੇ ਹੈ ਨਾ ਚਲੋ ਠੀਕ ਹੈ ਜੀ ਆਪਾਂ ਜਾਣਦੇ ਆ ਸਰ ਕੋਲੋਂ ਕਿ ਸਕਾਲਰਸ਼ਿਪ ਮਿਲ ਸਕਦੀ ਹੈ ਕਿ ਨਹੀਂ ਬਾਕੀ ਜੀ ਕਨਫਿਊਜ਼ਨ ਆਸਟ੍ਰੇਲੀਆ ਤੇ ਕੈਨੇਡਾ ਨੂੰ ਲੈ ਕੇ ਆ ਸਰ ਤੁਸੀਂ ਦੂਰ ਕਰੋ ਕੀ ਬੈਸਟ ਰਹੇਗਾ ਇਦਾਂ ਦੇ ਪ੍ਰੋਫਾਈਲ ਵਾਲੇ ਸਟੂਡੈਂਟ ਇਹਨਾਂ ਨੇ ਪਲੱਸ ਟੂ 2021 70% ਮਾਰਕਸ ਨੇ 6.5 ਨੇ ਆਸਟ੍ਰੇਲੀਆ ਕੈਨੇਡਾ ਨੂੰ ਲੈ ਕੇ ਕਨਫਿਊਜ਼ ਨੇ ਆਰਟਸ ਦੇ ਵਿੱਚ ਸੋ ਪਹਿਲੀ ਗੱਲ ਤਾਂ ਦੇਖੋ ਆਰਟਸ ਵਾਲੇ ਬੱਚੇ ਆਸਟ੍ਰੇਲੀਆ ਅਪਲਾਈ ਨਹੀਂ ਕਰ ਸਕਦੇ ਜ਼ਿਆਦਾਤਰ ਉਹਨਾਂ ਨੂੰ ਐਡਮਿਸ਼ਨਸ ਹੀ ਨਹੀਂ ਮਿਲਦੀਆਂ ਯੂਨੀਵਰਸਿਟੀ 'ਚ CO ਹੀ ਨਹੀਂ ਆਉਂਦੀ ਸੋ ਆਰਟ ਸਟੂਡੈਂਟਸ ਨੂੰ ਆਸਟ੍ਰੇਲੀਆ ਤੁਹਾਨੂੰ ਪਤਾ ਹੀ ਹੈ ਪ੍ਰੈਫਰੈਂਸ ਬਹੁਤ ਘੱਟ ਦਿੱਤਾ ਸੋ ਅਸੀਂ ਜੇ ਅਪਲਾਈ ਕਰਨਾ ਚਾਹੁੰਦੇ ਹਾਂ ਤਾਂ ਮੈਂ ਸਾਰਿਆਂ ਨੂੰ ਕਹਾਂਗਾ ਕਿ ਇਹ ਕੈਨੇਡਾ ਹੀ ਅਪਲਾਈ ਕਰਨ ਔਰ ਇਹ ਜੇ ਗਵਰਨਮੈਂਟ ਯੂਨੀਵਰਸਿਟੀ ਜਾਂਦੇ ਹਾਂ ਤਾਂ ਇਹਨਾਂ ਦੀ 70% ਹੈਗੀ ਹੈ ਤਾਂ ਦੇਖੋ 70% ਹੈ 6.5 ਬੈਂਡ ਹੈ ਵੀ ਵਿਲ ਟਰਾਈ ਕਿ ਇਹਨਾਂ ਨੂੰ ਸਕਾਲਰਸ਼ਿਪ ਮਿਲੇ $2,500 ਦੀ ਐਂਡ ਜੇ ਇਹਨਾਂ ਨੂੰ ਸਕਾਲਰਸ਼ਿਪ ਮਿਲਦੀ ਹੈ ਤਾਂ ਇਹ ਆਰਟਸ ਵਿੱਚ ਸਾਈਕੋਲੋਜੀ ਪੜ੍ਹੀ ਹੈ ਜੇ ਇਹਨਾਂ ਨੇ ਤਾਂ ਬੈਚਲਰ ਇਨ ਸਾਈਕੋਲੋਜੀ ਕਰ ਸਕਦੇ ਹੈ ਜੇ ਇਹਨਾਂ ਨੇ ਪੋਲੀਟੀਕਲ ਸਾਇੰਸ ਪੜ੍ਹੀ ਹੈ ਤਾਂ ਬੈਚਲਰ ਇਨ ਪੋਲੀਟੀਕਲ ਸਾਇੰਸ ਕਰ ਸਕਦੇ ਹੈ ਜੇ ਸੋਸ਼ੋਲੋਜੀ ਪੜ੍ਹੀ ਹੈ ਤਾਂ ਬੈਚਲਰ ਇਨ ਸੋਸ਼ੋਲੋਜੀ ਕਰ ਸਕਦੇ ਹੈ ਇਸ ਤੋਂ ਰਿਲੇਟਡ ਵੀ ਕਾਫੀ ਸਾਰੇ ਕੋਰਸਿਸ ਹੈ ਜਿਵੇਂ ਬੈਚਲਰ ਇਨ ਕਮਿਊਨਿਟੀ ਸਰਵਿਸ ਵਰਕਰ ਬੈਚਲਰ ਇਨ ਜਸਟਿਸ ਸਟੱਡੀਜ਼ ਸੋ ਬੈਚਲਰਸ ਇਨ ਇੰਗਲਿਸ਼ ਜਿਵੇਂ ਜੇ ਇੰਗਲਿਸ਼ ਕੀਤੀ ਹੈ ਤਾਂ ਇੰਗਲਿਸ਼ ਵੀ ਕਰ ਸਕਦੇ ਹਾਂ ਕਿ ਟੀਚਰ ਦੇ ਸਕੋਪ 'ਚ ਬਣ ਸਕਦੇ ਹਾਂ ਸੋ ਬਹੁਤ ਸਾਰੇ ਕੋਰਸਿਸ ਹੈਗੇ ਆ ਇਹਨਾਂ ਵਾਸਤੇ ਵੀ ਜਿਨ੍ਹਾਂ ਨੇ ਆਰਟਸ ਕੀਤੀ ਹੈ ਔਰ ਸਕਾਲਰਸ਼ਿਪ ਲਈ ਵੀ ਅਪਲਾਈ ਕਰ ਸਕਦੇ ਆ ਜੀ ਅੱਛਾ ਸਰ ਜਦੋਂ ਲਾਈਕ ਆਪਣੇ ਸਟੂਡੈਂਟਸ ਦੀ ਵੀ ਇਹ ਚੁਆਇਸ ਹੈ ਕਿ ਮੈਂ ਕੈਨੇਡਾ ਹੀ ਜਾਣਾ ਹੈ
ਆਲਮੋਸਟ ਕੰਪਨੀਜ਼ ਇਮੀਗ੍ਰੇਸ਼ਨ ਕੰਪਨੀਜ਼ ਦੀ ਵੀ ਗੱਲ ਕਰੀਏ ਤਾਂ ਕੈਨੇਡਾ ਨੂੰ ਵੀ ਪ੍ਰਮੋਟ ਕੀਤਾ ਜਾਂਦਾ। ਸੋ ਤੁਹਾਡੇ ਕੋਲੋਂ ਮੈਂ ਜਾਣਨਾ ਚਾਹਾਂਗੀ ਕਿ ਕੈਨੇਡਾ ਵਾਕਈ ਬਾਕੀ ਸਭ ਕੰਟਰੀਜ਼ ਨਾਲੋਂ ਬੈਸਟ ਹੈ, ਬਾਕੀ ਕੰਟਰੀਜ਼ ਦੇ ਵਿੱਚ ਸਟੂਡੈਂਟ ਇੰਨਾ ਇੰਟਰਸਟਡ ਕਿਉਂ ਨਹੀਂ ਹੈ, ਕਿਉਂ ਉਹਨਾਂ ਨੂੰ ਪ੍ਰਮੋਟ ਨਹੀਂ ਕੀਤਾ ਜਾਂਦਾ ਇੰਨਾ? ਸੀ ਐਕਚੁਅਲੀ ਤਾਂ ਦੇਖੋ ਇਸ ਟਾਈਮ 'ਤੇ ਮੈਂ ਤਾਂ ਰਮਨ ਦੱਸਾਂ ਤਾਂ ਯੂਕੇ ਬਹੁਤ ਜ਼ਿਆਦਾ ਸਟੂਡੈਂਟ ਜਾ ਰਿਹਾ, ਪਰ ਜਿਹੜਾ ਯੂਕੇ ਸਟੂਡੈਂਟ ਜਾ ਰਿਹਾ ਨਾ ਮੈਨੂੰ ਪੜ੍ਹਦਾ ਨਹੀਂ ਪਿਆ ਉੱਥੇ ਜਾ ਕੇ, ਜੋ ਸਾਡੀ ਰਿਪੋਰਟ ਹੈ ਜਾਂ ਸਾਡਾ ਐਨਾਲਿਸਿਸ ਹੈਗਾ ਉਹ ਬੱਚਾ ਪੜ੍ਹਦਾ ਨਹੀਂ ਪਿਆ। ਉਹ ਇਨੀਸ਼ਲੀ ਅੱਧੇ ਸਮੈਸਟਰ ਦੀ ਫੀਸ ਦੇ ਕੇ ਕੈਸ਼ ਲੈ ਕੇ ਵੀਜ਼ਾ ਲੈ ਕੇ ਉੱਥੇ ਪਹੁੰਚ ਰਿਹਾ ਔਰ ਉੱਥੇ ਜਾ ਕੇ ਇਲੀਗਲ ਹੋ ਰਿਹਾ। ਸੋ ਯੂਕੇ ਦਾ ਜਿਹੜਾ ਟਰੈਂਡ ਹੈ ਉਹ ਹਮੇਸ਼ਾ ਹੀ ਇੱਦਾਂ ਦਾ ਰਿਹਾ। ਸੋ ਜਿਹੜਾ ਪੜ੍ਹਨ ਵਾਲਾ ਬੱਚਾ ਹੈ, ਦੇਖੋ ਪਹਿਲੀ ਗੱਲ ਤਾਂ ਜਿਹੜੀ ਯੂਕੇ ਦੀਆਂ ਫੀਸਾਂ ਹੈਗੀਆਂ ਉਹ 13 ਲੱਖ ਰੁਪਏ ਤੋਂ ਲੈ ਕੇ 25 ਲੱਖ ਤੱਕ ਹੈ ਸਲਾਨਾ। ਸੋ ਯੂਕੇ ਦੀਆਂ ਫੀਸਾਂ ਬਹੁਤ ਜ਼ਿਆਦਾ ਹੈਗੀਆਂ। ਸੋ ਬੱਚੇ ਜੇ ਇਨੀਸ਼ਲੀ 6 ਮਹੀਨੇ ਦੀ ਫੀਸ ਦਿੰਦੇ ਆ ਉੱਥੇ ਪਹੁੰਚਦੇ ਆ ਔਰ ਉਸ ਤੋਂ ਬਾਅਦ ਉਹ ਇਲੀਗਲ ਹੋ ਜਾਂਦੇ ਆ। ਸੋ ਸਕੋਪ ਮੈਨੂੰ ਨਜ਼ਰ ਨਹੀਂ ਆ ਰਿਹਾ, ਬੱਚੇ ਦੀ ਕੋਈ ਸੈਟਲਮੈਂਟ ਦਾ ਸਕੋਪ ਨਹੀਂ ਨਜ਼ਰ ਆ ਰਿਹਾ। ਵੇਅਰ ਐਜ਼ ਇਨ ਕੈਨੇਡਾ ਬੱਚਾ ਜਾ ਕੇ ਪੜ੍ਹਦਾ, ਦੇਖੋ ਬੜਾ ਵੱਡਾ ਫਰਕ ਹੈਗਾ। ਔਰ ਯੂਕੇ ਦੀ ਅਸੀਂ ਦੂਸਰੇ ਪਾਸੇ ਗੱਲ ਕਰੀਏ ਤਾਂ ਜਿਹੜਾ ਬੱਚਾ ਪੜ੍ਹਦਾ, ਸਪੋਜ਼ ਚਲੋ ਬੱਚਾ ਪਹੁੰਚ ਗਿਆ, ਹੀ ਕੈਨ ਅਫੋਰਡ ਦ ਫੀਸ ਆਲਸੋ, ਔਰ ਉਹ 'ਚ ਬੱਚਾ ਪੜ੍ਹਦਾ ਔਰ ਉਸ ਤੋਂ ਬਾਅਦ ਵੀ ਉਹਨੂੰ ਸੈਟਲਮੈਂਟ ਲਈ ਯਾਨੀ ਕਿ PR ਲਈ ਜਾਂ ਸੈਟਲਮੈਂਟ ਲਈ ਦੇਰ ਇਜ਼ ਕੀ ਕਹਿੰਦੇ ਆ ਟਫ, ਮਤਲਬ ਬਹੁਤ ਟਫ ਹੈਗਾ ਕਿ ਯੂਕੇ 'ਚ ਪੁਆਇੰਟ ਸਿਸਟਮ ਥੋੜ੍ਹਾ ਟਫ ਹੈਗਾ, ਯੂਕੇ 'ਚ ਜੋਬ ਲੈਣੀ ਥੋੜ੍ਹੀ ਟਫ ਹੈਗੀ ਹੈ, ਯੂਕੇ ਦੀ ਕ੍ਰਾਈਟੀਰੀਆ ਕਿ ਤੁਹਾਡੇ ਕੋਲ ਇੰਨੇ ਪਾਊਂਡ ਦੀ ਜੋਬ ਹੋਣੀ ਚਾਹੀਦੀ ਹੈ, ਉਹ ਹੋਣੀ ਥੋੜ੍ਹੀ ਟਫ ਹੈਗੀ ਹੈ। ਸੋ ਯੂਕੇ ਅੱਜ ਦੀ ਡੇਟ 'ਚ ਬਹੁਤ ਬੱਚਾ ਜਾ ਰਿਹਾ ਪਰ ਮੈਨੂੰ ਲੱਗਦਾ ਨਹੀਂ ਹੈ ਕਿ ਕਿੱਦਾਂ ਸੈਟਲ ਹੋਏਗਾ। ਦੂਸਰਾ ਆਸਟ੍ਰੇਲੀਆ ਦੀ ਜੇ ਅਸੀਂ ਗੱਲ ਕਰੀਏ ਤਾਂ ਆਸਟ੍ਰੇਲੀਆ ਵੀ ਬੱਚਾ ਜਿਵੇਂ ਆਰਟਸ ਸਟੂਡੈਂਟ ਆਸਟ੍ਰੇਲੀਆ ਪ੍ਰੈਫਰ ਨਹੀਂ ਕਰਦਾ, ਗੈਪ ਆਸਟ੍ਰੇਲੀਆ ਨਹੀਂ ਲੈਂਦਾ, ਐਕਸਪੀਰੀਅੰਸ ਆਸਟ੍ਰੇਲੀਆ ਨਹੀਂ ਲੈਂਦਾ, ਪਰਸੈਂਟੇਜ 'ਤੇ ਰੋਕ ਹੈ, ਫੀਸ ਵੀ ਜ਼ਿਆਦਾ ਹੈ। ਸੋ ਆਸਟ੍ਰੇਲੀਆ ਦੀ ਜੇ ਅਸੀਂ ਗੱਲ ਕਰੀਏ ਤਾਂ ਆਸਟ੍ਰੇਲੀਆ ਵੀ ਬਹੁਤ ਟਾਈਟ ਹੈ ਔਰ ਜਿਨ੍ਹਾਂ ਦੀਆਂ ਫਾਈਲਾਂ ਲੱਗੀਆਂ ਮੇਰੇ ਕੋਲ ਕਾਫੀ ਫਾਈਲਾਂ ਲੱਗੀਆਂ ਹੋਈਆਂ, ਸੋ ਰਿਜ਼ਲਟਸ ਆਰ ਪੈਂਡਿੰਗ, ਵੀਜ਼ਾਜ਼ ਨਹੀਂ ਆ ਰਹੇ ਇੰਨੀ ਤੇਜ਼ੀ ਦੇ ਨਾਲ। ਸੋ ਬੇਸਿਕਲੀ ਤਾਂ ਅਸੈਸਮੈਂਟ ਬੱਚਿਆਂ ਨੇ ਕਰਨੀ ਆ। ਦੇਖੋ ਕੈਨੇਡਾ ਨੇ ਲਾਸਟ ਈਅਰ 4.5 ਲੱਖ ਵੀਜ਼ਾ ਦਿੱਤੇ, 2,17,000 ਇੰਡੀਅਨ ਸਟੂਡੈਂਟ ਨੂੰ ਦਿੱਤੇ ਔਰ 4.5 ਲੱਖ ਬੱਚਿਆਂ ਨੂੰ PR ਦੇਣੀ ਹੈ ਇਸ ਸਾਲ। ਸੋ ਬੜੀ ਵੱਡੀ ਗੱਲ ਹੈ। ਸੋ PR ਕੈਨੇਡਾ 'ਚ ਹੁੰਦੀ ਹੈ, ਸੋ ਕੈਨੇਡਾ ਆਪੇ ਆਪ ਹੀ ਇੱਕ ਟੌਪ ਡੈਸਟੀਨੇਸ਼ਨ ਬਣ ਜਾਂਦਾ। ਜੀ ਜੀ ਸਰ, ਸੋ ਸਮਾਂ ਬਿਲਕੁਲ ਖਤਮ ਹੋ ਗਿਆ, ਥੈਂਕ ਯੂ ਸੋ ਮਚ ਸਰ। ਧੰਨਵਾਦ। ਸੋ ਸਟੂਡੈਂਟਸ, ਆਈ ਹੋਪ ਜਵਾਬ ਮਿਲ ਗਏ ਹੋਣਗੇ, ਨਹੀਂ ਵੀ ਮਿਲੇ ਕੋਈ ਗੱਲ ਨਹੀਂ ਜੀ, ਨੰਬਰ ਆ ਗਏ ਨੇ ਤੁਹਾਡੇ ਕੋਲ ਲੈਂਡਮਾਰਕ ਇਮੀਗ੍ਰੇਸ਼ਨ ਦੇ, ਇਹਨਾਂ 'ਤੇ ਤੁਸੀਂ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ, ਆਪਣੇ ਸਵਾਲ ਪੁੱਛੋ, ਕਿਸੇ ਵੀ ਕੰਟਰੀ 'ਚ ਜਾਣਾ ਇੱਕ ਵਾਰ ਡਿਸਕਸ ਜਿਹੜਾ ਜ਼ਰੂਰ ਕਰਿਆ ਕਰੋ। ਸੋ ਹੁਣ ਕੁਝ ਸਟੂਡੈਂਟਸ ਹਮੇਸ਼ਾ ਦੀ ਤਰ੍ਹਾਂ ਕੋਸ਼ਿਸ਼ ਹੁੰਦੀ ਹੈ ਗੱਲਬਾਤ ਕਰੀਏ ਜਿਨ੍ਹਾਂ ਦੇ ਵੀਜ਼ਾਸ ਆਉਂਦੇ ਨੇ ਲੈਂਡਮਾਰਕ ਦੇ ਥਰੂ, ਤਾਂ ਕਿ ਤੁਹਾਡੇ ਤੱਕ ਉਹਨਾਂ ਦੀ ਗੱਲਬਾਤ ਪਹੁੰਚਾ ਸਕੀਏ। ਸੋ ਉਹ ਸਟੂਡੈਂਟਸ ਦੀ ਜਿਹੜੀਆਂ ਸਕਸੈਸ ਸਟੋਰੀਜ਼ ਹੈਗੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੇਸ਼ ਤੋਂ ਵਿਦੇਸ਼, ਇੱਕ ਵਾਰ ਫਿਰ ਤੋਂ ਆਪਾਂ ਲੈਂਡਮਾਰਕ ਦੇ ਆਫਿਸ ਹਾਜ਼ਰ ਹਾਂ ਅਤੇ ਇੱਕ ਹੋਰ ਜਿਹੜਾ ਪਾਸਪੋਰਟ ਆਪਾਂ ਹੈਂਡਓਵਰ ਕਰਨ ਲੱਗੇ ਹਾਂ, ਨਾਮ ਹੈਗਾ ਸਿਮਰਨਜੀਤ ਸਿੰਘ ਅਤੇ ਆਪਾਂ ਨਾਲ ਗੱਲਬਾਤ ਕਰਦੇ ਹਾਂ। ਕਿੱਥੋਂ ਬਿਲੋਂਗ ਕਰਦੇ ਹਾਂ ਸਿਮਰਨ ਜੀ? ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਮੋਹਾਲੀ ਤੋਂ ਹੀ ਬਿਲੋਂਗ ਕਰਦਾ। ਕੀ ਕਹਿਣਾ ਚਾਹੋਗੇ ਲੈਂਡਮਾਰਕ ਇਮੀਗ੍ਰੇਸ਼ਨ ਦੀ ਸਰਵਿਸ ਬਾਰੇ? ਮੈਨੂੰ ਬਹੁਤ ਵਧੀਆ ਲੱਗੀ ਸਰਵਿਸ, ਸਾਰੇ ਸਟਾਫ ਬਹੁਤ ਫਰੈਂਡਲੀ ਹੈ, ਸਾਰਿਆਂ ਨੇ ਬਹੁਤ ਹੈਲਪ ਕੀਤੀ ਕਿ ਕਿਹੜਾ ਕੋਰਸ ਮੈਨੂੰ ਚੂਜ਼ ਕਰਨਾ ਚਾਹੀਦਾ, ਕਿਹੜਾ ਮੈਨੂੰ ਸੂਟੇਬਲ ਰਹੂਗਾ। ਜਦੋਂ ਤੁਸੀਂ ਅਪਲਾਈ ਕੀਤਾ ਸੀਗਾ ਉਦੋਂ ਤੋਂ ਲੈ ਕੇ ਹੁਣ ਤੁਹਾਡਾ ਵੀਜ਼ਾ ਜਿਹੜਾ ਸਟੈਂਪ ਹੋ ਕੇ ਆ ਚੁੱਕਿਆ ਹੈ, ਤੁਸੀਂ ਜਦੋਂ ਵੀ ਇਨਫੋਰਮੇਸ਼ਨ ਲੈਣੀ ਚਾਹੀਏ ਲੈਂਡਮਾਰਕ ਵੱਲੋਂ ਕਿੱਦਾਂ ਦੀ ਹੈਲਪ ਕੀਤੀ ਗਈ? ਹਾਂਜੀ ਬਿਲਕੁਲ ਕੀਤੀ ਗਈ, ਜਦ ਵੀ ਮੈਂ ਫੋਨ ਕੀਤਾ ਤਾਂ ਮੈਨੂੰ ਨਾਲ ਦੇ ਨਾਲ ਉਹਦਾ ਰਿਵਰਟ ਮਿਲਿਆ, ਮੇਲ ਕੀਤੀ ਉਹਦਾ ਵੀ ਨਾਲ ਦੇ ਨਾਲ ਰਿਵਰਟ ਮਿਲਿਆ, ਮਤਲਬ ਤੁਸੀਂ ਸੈਟੀਸਫਾਈ ਹੋ ਲੈਂਡਮਾਰਕ ਇਮੀਗ੍ਰੇਸ਼ਨ ਦੀ ਸਰਵਿਸ ਤੋਂ? ਹਾਂਜੀ। ਅੱਛਾ, ਮੈਂ ਪੁੱਛਣਾ ਚਾਹਾਂਗਾ ਕਿ ਕੈਨੇਡਾ ਤੁਸੀਂ ਕਿਹੜੀ ਪ੍ਰੋਵਿੰਸ ਦੇ ਵਿੱਚ ਜਾ ਰਹੇ ਹੋ? ਮੈਂ ਓਨਟੈਰੀਓ ਦੇ ਵਿੱਚ ਜਾ ਰਿਹਾ, ਉੱਥੇ ਕਿਚਨਰ। ਕੋਰਸ ਕਿਹੜਾ ਹੈਗਾ? ਕੋਰਸ ਹੈਲਥ ਕੇਅਰ ਐਡਮਿਨਿਸਟ੍ਰੇਸ਼ਨ ਐਂਡ ਸਰਵਿਸ ਮੈਨੇਜਮੈਂਟ। ਹੈਲਥ ਕੇਅਰ ਦਾ ਕੋਰਸ ਹੈ। ਹਾਂਜੀ। ਇੱਥੇ ਤੁਹਾਡੀ ਜੇ ਆਪਾਂ ਸਟੱਡੀ ਦੀ ਗੱਲ ਕਰੀਏ, ਪਲੱਸ ਟੂ ਮਤਲਬ ਕਿੰਨੇ ਮਾਰਕਸ ਸੀਗੇ ਅਤੇ ਕਿਹੜੀ ਸਟੀਮ ਦੇ ਵਿੱਚ ਪਲੱਸ ਟੂ ਸੀਗੀ? ਪਲੱਸ ਟੂ ਦੇ ਵਿੱਚ ਮੈਂ ਮੈਡੀਕਲ ਸਟਰੀਮ ਸੀਗੀ ਅਤੇ ਮੇਰੇ 62% ਸੀਗੇ ਓਵਰਆਲ। ਉਹ ਆਈਲੈਟਸ ਦੀ ਆਪਾਂ ਜੇ ਗੱਲ ਕਰੀਏ, ਆਈਲੈਟਸ ਮੇਰੇ ਓਵਰਆਲ 6.5 ਐਂਡ ਸੀ 6.5 ਸੀ, ਨੋਟ ਲੈਸ ਦੈਨ 6। ਚਲੋ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਤੁਹਾਡਾ ਪਾਸਪੋਰਟ ਜਿਹੜਾ ਜਿਹੜਾ ਸਟੈਂਪ ਹੋ ਕੇ ਆ ਚੁੱਕਿਆ, ਅਤੇ ਹੋਰ ਜਿਹੜੇ ਲੋਕ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਕਹਿਣਾ ਚਾਹਾਂਗਾ ਮੇਰਾ ਵੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਇੱਥੋਂ, ਅਤੇ ਮੈਂ ਵੀ ਸੁਜੈਸਟ ਕਰਾਂਗਾ ਕਿ ਇੱਥੇ ਆ ਕੇ ਇੱਕ ਵਾਰ ਟਰਾਈ ਕਰਨ, ਵੀਜ਼ਾ ਲਗਵਾਉਣ ਦੀ ਕੋਸ਼ਿਸ਼ ਕਰਨਾ। ਹਾਂਜੀ ਠੀਕ ਹੈ ਜੀ, ਲਿਓ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਇੱਕ ਜਿਹੜਾ ਗਿਫਟ ਹੈ ਲੈਂਡਮਾਰਕ ਵੱਲੋਂ ਤੁਹਾਨੂੰ। ਥੈਂਕ ਯੂ। ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟੀਸਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914004369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 9914004369।